ਪੰਜਾਬੀ ਮਾਂ ਬੋਲੀ ਦਿਵਸ ਅੰਤਰਰਾਜੀ ਮਾਂ ਬੋਲੀ ਦਿਵਸ ਹੈ। ਵੈਸੇ ਹਰ ਇੱਕ ਵਾਸਤੇ ਹੈਗਾ ਜਿਹੜੇ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ, ਅਤੇ ਇਹ ਜਿਹੜਾ ਦਿਹਾੜਾ ਹੈਗਾ ਅੱਜ 21 ਫਰਵਰੀ ਪੰਜਾਬੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਪੂਰੀ ਦੁਨੀਆ ਦੇ ਵਿੱਚ। ਇਸ ਦਿਨ ਵੱਡੇ ਵੱਡੇ ਜਿਹੜੇ ਹੈਗੇ ਈਵੈਂਟ ਰੱਖੇ ਜਾਂਦੇ ਨੇ, ਮੇਲੇ ਰੱਖੇ ਜਾਂਦੇ ਨੇ, ਅਤੇ ਜਾਗਰੂਕਤਾ ਫੈਲਾਉਣ ਲਈ ਇਹ ਬਹੁਤ ਸਾਰੇ ਜਿਹੜੇ ਆ ਕਾਰਜ ਕੀਤੇ ਜਾਂਦੇ ਨੇ ਉਹਨਾਂ ਲੋਕਾਂ ਵੱਲੋਂ ਜਿਹੜੇ ਪੰਜਾਬੀ ਮਾਂ ਬੋਲੀ ਦੀ ਫਿਕਰ ਦੇ ਵਿੱਚ ਨੇ। ਇਸ ਵੇਲੇ ਪੰਜਾਬੀ ਮਾਂ ਬੋਲੀ ਦੀ ਗੱਲ ਹੋਈ ਹੈ ਜੀ, ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਮੁਬਾਰਕਾਂ ਦੇ ਦੇਵਾਂ। ਪੰਜਾਬੀ ਮਾਂ ਬੋਲੀ ਸਾਡੀ ਐਡੀ ਮਹਾਨ ਉਪਭਾਸ਼ਾ ਜੋ ਅੱਜ ਪੂਰੇ ਵਰਲਡ ਦੇ ਵਿੱਚ ਬੋਲੀ ਜਾਂਦੀ ਹੈ। ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਅੱਜ ਬਹੁਤ ਵੱਡਾ ਦਰਜਾ ਪੰਜਾਬੀ ਨੂੰ ਦਿੱਤਾ ਗਿਆ, ਜਿੱਥੇ ਤੁਸੀਂ ਏਅਰਪੋਰਟਾਂ ਦੇ ਉੱਤੇ ਜਾ ਕੇ ਜਦੋਂ ਦੇਖੋ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ GI ਨੂੰ ਲਿਖਿਆ ਮਿਲੇਗਾ। ਅਤੇ ਉੱਥੇ ਹੀ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਸਾਡੇ ਕੁਛ ਕੁ ਪੰਜਾਬੀ ਜਿਹੜੇ ਆ ਉਹ ਪੰਜਾਬੀ ਮਾਂ ਬੋਲੀ ਦੇ ਨਾਲੋਂ ਹਿੰਦੀ ਅਤੇ ਅੰਗਰੇਜ਼ੀ ਨੂੰ ਤਵੱਜੋ ਦਿੰਦੇ ਨੇ ਪੰਜਾਬ ਦੇ ਵਿੱਚ। ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਕਾਫੀ ਬੈਂਕ ਇਹੋ ਜਿਹੇ ਨੇ, ਖਾਸ ਕਰਕੇ ਇੱਕ ਸ਼ਾਖਾ ਹੈਗੀ ਆ ਪੰਜਾਬ ਨੈਸ਼ਨਲ ਬੈਂਕ, ਉਹਦੇ ਤੁਸੀਂ ਅੰਦਰ ਜਾਓ ਤਾਂ ਉੱਥੇ ਤੁਹਾਨੂੰ ਆਮ ਹੀ ਕੰਧਾਂ ਦੇ ਉੱਤੇ ਜਿਹੜੇ ਸਟਿੱਕਰ ਲੱਗੇ ਹੋਏ ਦੇਖਣ ਨੂੰ ਮਿਲਣਗੇ, ਜਿਹਦੇ ਉੱਚ ਲਿਖਿਆ ਹੁੰਦਾ ਕਿ ਹਿੰਦੀ ਮੇਂ ਬਾਤ ਕਰੇ ਹਮੇਂ ਸਮਝਨੇ ਔਰ ਸਮਝਾਨੇ ਮੇਂ ਜਿਹੜੀ ਹੈ ਮੁਸ਼ਕਿਲ ਨਹੀਂ ਆਏਗੀ। ਸੋ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਉਹ ਬੋਰਡ ਜਾਂ ਉਹ ਸਟਿੱਕਰ ਇਹੋ ਜਿਹੇ ਲੱਗਣ ਲੱਗ ਪਏ। ਪੰਜਾਬ ਉਹ ਧਰਤੀ ਜਿਹੜੀ ਪੰਜਾਬੀ ਜਿਹਦਾ ਪੰਜਾਬ ਅਤੇ ਪੰਜਾਬੀ ਜਿੱਥੋਂ ਬਣਿਆ, ਅਤੇ ਉਸ ਤੋਂ ਬਾਅਦ ਆਪਾਂ ਉਹ ਪੰਜਾਬ ਦੀ ਗੱਲ ਕਰੀਏ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ ਜਦੋਂ ਇੱਕ ਹੁੰਦੇ ਸੀ ਤਾਂ ਅੱਜ ਵੀ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ। ਬਹੁਤ ਹੀ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਠੇਠ ਪੰਜਾਬੀ ਉੱਥੇ ਬੋਲੀ ਜਾਂਦੀ ਹੈ, ਪਰ ਸਾਡੇ ਪੰਜਾਬ ਦੇ ਵਿੱਚ ਕੁਛ ਨਾ ਕੁਛ ਗਿਰਾਵਟ ਇਹਦੇ ਵਿੱਚ ਆਉਂਦੀ ਦਿਖਦੀ ਹੈ। ਕੁਛ ਕੁ ਸ਼ਹਿਰ ਪੰਜਾਬ ਦੇ ਐਸੇ ਨੇ ਜਿਹਦੇ ਵਿੱਚ ਲੁਧਿਆਣਾ ਖਾਸ ਤੌਰ ਦੇ ਉੱਤੇ, ਰਾਜਧਾਨੀ ਚੰਡੀਗੜ੍ਹ, ਉਸ ਤੋਂ ਬਾਅਦ ਜਲੰਧਰ ਦੇ ਉੱਤੇ ਵੀ ਪ੍ਰਭਾਵ ਹੈ, ਜਿੱਥੇ ਘਰਾਂ ਦੇ ਵਿੱਚ ਸਾਡੇ ਸਿੱਖ ਭੈਣ ਭਰਾ, ਸਾਡੇ ਸਿੱਖ ਬਜ਼ੁਰਗ ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨਾ ਸੀ, ਅੱਜ ਉਹ ਹੀ ਘਰਾਂ ਦੇ ਵਿੱਚ ਹਿੰਦੀ ਬੋਲਣ ਲੱਗ ਪਏ। ਸ਼ਾਇਦ ਇਹ ਸਾਰਾ ਕੁਝ ਹੋਇਆ ਉੱਥੇ ਬਈਆਂ ਦੀ ਜਿਹੜੀ ਆਮਦ ਵੱਧ ਰਹੀ ਹੈ ਉਹਦੇ ਕਰਕੇ, ਜਾਂ ਫਿਰ ਅਸੀਂ ਇੱਕ ਸਟੈਂਡਰਡ ਸਮਝਦੇ ਹਾਂ ਕਿ ਹਿੰਦੀ ਇੱਕ ਬਹੁਤ ਹੀ ਲਹਿਜ਼ੇ ਵਾਲੀ ਜਿਹੜੀ ਭਾਸ਼ਾ ਹੈਗੀ ਹੈ, ਬਹੁਤ ਰਿਸਪੈਕਟਫੁੱਲ ਭਾਸ਼ਾ, ਅਤੇ ਸਾਡੀ ਪੰਜਾਬੀ ਜਿਹੜੀ ਆ ਔਕੜ ਸੁਭਾਅ ਹੈ। ਪਰ ਜੇ ਆਪਾਂ ਪੂਰੀ ਤਰ੍ਹਾਂ ਪੰਜਾਬੀ ਨੂੰ ਬੋਲੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਜਿਹੜੀ ਹੈਗੀ ਇੱਕ ਤਰ੍ਹਾਂ ਦਾ ਬੇਗਾਨਗੀ ਦਾ ਤੁਹਾਨੂੰ ਅਹਿਸਾਸ ਕਰਾਉਂਦੀ ਹੈ, ਇਹਦੇ ਵਿੱਚੋਂ ਕਿਤੇ ਵੀ ਅਨਪੜ੍ਹਤਾ ਝਲਕਦੀ ਹੋਵੇ। ਕਿਵੇਂ ਪੰਜਾਬੀ ਦੇ ਵਿੱਚ ਅਸੀਂ ਜੀ ਕਹਿਣਾ, ਜੀ ਹਰ ਇੱਕ ਦੇ ਨਾਲ ਰਿਸਪੈਕਟ ਲਾ ਕੇ ਹਾਂਜੀ, ਜਾਂ ਹੋਰ ਵੀ ਇਹੋ ਜਿਹੇ ਬਹੁਤ ਵਰਡ ਨੇ ਜਦੋਂ ਕਿਸੇ ਨੂੰ ਅਸੀਂ ਇੱਜ਼ਤ ਦੇਣੀ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਪੰਜਾਬੀ ਤੋਂ ਮਿੱਠੀ ਕੋਈ ਜ਼ੁਬਾਨ ਹੋ ਸਕਦੀ ਹੈ। ਇਹੋ ਜਿਹੀ ਪੰਜਾਬੀ ਮਾਂ ਬੋਲੀ ਸਾਨੂੰ ਗੁਰੂ ਸਾਹਿਬਾਨਾਂ ਨੇ ਵੀ ਬਖਸ਼ੀ ਹੈ। ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਪੰਜਾਬੀ ਨੂੰ ਅੱਜ ਸਾਡੇ ਪੰਜਾਬੀ ਹੀ ਇੱਕ ਕਹਿ ਸਕਦੇ ਤੰਦਾਂਜਲੀ ਦੇਣ ਲੱਗ ਪਏ ਨੇ ਕਿ ਦਿਨੋਂ ਦਿਨ ਪੰਜਾਬੀ ਨੂੰ ਅਸੀਂ ਪੰਜਾਬ ਦੇ ਵਿੱਚ ਭੁੱਲਦੇ ਜਾ ਰਹੇ ਹਾਂ। ਉੱਥੇ ਦੂਸਰੇ ਪਾਸੇ ਆਪਾਂ ਦੇਖੀਏ ਤਾਂ ਵਿਦੇਸ਼ਾਂ ਦੇ ਵਿੱਚ ਚੜ੍ਹਤ ਹੈ ਪੂਰੀ ਪੰਜਾਬੀ ਦੀ। ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਤੁਸੀਂ ਕਿਸੇ ਗੋਰੇ ਦੇ ਨਾਲ ਵੀ ਗੱਲ ਕਰਦੇ ਹੋ, ਗੋਰੇ ਵੀ ਜਦੋਂ ਸਿੱਖਦੇ ਨੇ ਕੁਛ, ਉਹਨਾਂ ਨੂੰ ਇਹ ਹੁੰਦਾ ਕਿ ਜਿਹੜੇ ਭਾਰਤ ਤੋਂ ਲੋਕ ਆਏ ਹੋਏ ਨੇ ਉਹਨਾਂ ਦੀ ਬੋਲੀ ਸਿੱਖਣੀ ਹੈ, ਤਾਂ ਉਹ ਹਮੇਸ਼ਾ ਪੰਜਾਬੀ ਸਿੱਖਦੇ ਨੇ, ਹਿੰਦੀ ਨਹੀਂ ਸਿੱਖਦੇ ਉਹ। ਅਤੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਹਮੇਸ਼ਾ ਪੰਜਾਬੀ ਦੇ ਵਿੱਚ ਗੱਲ ਕਰਦੇ ਹਾਂ ਆਪਾਂ। ਜਦੋਂ ਵੀ ਸਾਨੂੰ ਕੋਈ ਪੰਜਾਬੀ ਬਾਹਰਲੇ ਮੁਲਕ ਦੇ ਵਿੱਚ ਮਿਲਦਾ, ਜਦੋਂ ਸਾਨੂੰ ਪੰਜਾਬੀ ਦੇ ਵਿੱਚ ਕੋਈ ਹਾਲ ਚਾਲ ਪੁੱਛਦਾ, ਤਾਂ ਇੱਕ ਆਪਣਾਪਣ ਮਹਿਸੂਸ ਹੁੰਦਾ ਕਿ ਸ਼ਾਇਦ ਅਸੀਂ ਪੰਜਾਬ ਦੇ ਵਿੱਚ ਹੀ ਘੁੰਮਦੇ ਹੋਈਏ। ਸੋ ਐਸਾ ਆਪਣਾਪਣ ਹੈਗਾ ਇਸ ਬੋਲੀ ਦੇ ਵਿੱਚ। ਪਰ ਅੱਜ ਇੱਕ ਗੱਲ ਮੈਂ ਹੋਰ ਕਰਨੀ ਚਾਹੂੰਗਾ, ਪੰਜਾਬ ਦੇ ਵਿੱਚ ਇੱਕ ਕੌਨਵੈਂਟ ਸਕੂਲਾਂ ਦੀ ਬੜੀ ਭਰਮਾਰ ਹੈ ਇਸ ਵੇਲੇ। ਅਸੀਂ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹਦੇ ਵਿੱਚ ਮੈਂ ਵੀ ਇਹਦੇ ਵਿੱਚ ਐਗਰੀ ਨਹੀਂ ਕਰਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਬਹੁਤ ਵਧੀਆ, ਤੁਸੀਂ ਬੱਚਿਆਂ ਨੂੰ ਉੱਥੇ ਪੜ੍ਹਾਓ, ਬਿਲਕੁਲ ਨਹੀਂ, ਕਿਉਂਕਿ ਸਰਕਾਰੀ ਸਕੂਲਾਂ ਦੀ ਜਿਹੜੀ ਇੰਨੀ ਜ਼ਿਆਦਾ ਉੱਥੇ ਹੋ ਚੁੱਕੀ ਹੈ ਗਿਰਾਵਟ, ਉਹਨਾਂ ਦੇ ਮਾਹੌਲ ਦੇ ਵਿੱਚ ਆ ਚੁੱਕੀ ਹੈ, ਉੱਥੇ ਰਹਿਣ ਸਹਿਣ ਜਿਹੜਾ ਬਿਲਕੁਲ ਵੀ ਬਾਹਰਲੀਆਂ ਸਟੇਟਾਂ, ਭਾਰਤ ਦੀਆਂ ਹੀ ਬਾਹਰਲੀਆਂ ਸਟੇਟਾਂ ਦੀ ਆਪਾਂ ਗੱਲ ਕਰ ਲਈਏ, ਉਹਦੇ ਮੁਕਾਬਲੇ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਹੀ ਨੀਵੇਂ ਦਰਜੇ ਦੇ ਨੇ। ਜਿੱਥੇ ਸਰਕਾਰੀ ਟੀਚਰਾਂ ਦੇ ਬਾਰੇ ਆਮ ਇਹ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਟੀਚਰਾਂ ਉੱਥੇ ਆ ਕੇ ਜਾਂ ਤਾਂ ਸੌਂਦੀਆਂ ਨੇ ਅਤੇ ਜਾਂ ਫਿਰ ਸਿਲਾਈ ਬੁਣਦੀਆਂ ਨੇ, ਇਹਦੇ ਵਿੱਚੋਂ ਕੁਛ ਪਰਸੈਂਟ ਹੈਗੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਜ਼ਿਆਦਾਤਰ ਇਹੋ ਜਿਹੇ ਸਾਡੇ ਮਨਾਂ ਦੇ ਵਿੱਚ ਇਹੋ ਜਿਹੇ ਛਾਪ ਛੱਡੀ ਹੋਈ ਹੈ ਸਰਕਾਰੀ ਸਕੂਲਾਂ ਨੇ, ਜਿੱਥੇ ਮਿੱਟੀ ਘੱਟੇ ਦੇ ਵਿੱਚ ਆਪਣੇ ਬੱਚੇ ਟਾਟਾਂ ਦੇ ਬਹਿ ਕੇ ਅੱਜ ਵੀ ਪੜ੍ਹਦੇ ਨੇ, ਉੱਥੇ ਫੱਟੀਆਂ ਦੇ ਉੱਤੇ ਉਹਨਾਂ ਨੂੰ ਲਿਖਾਇਆ ਪੜ੍ਹਾਇਆ ਜਾਂਦਾ, ਅਤੇ ਬਹੁਤ ਹੀ ਕਹਿ ਸਕਦੇ ਹਾਂ ਕਿ ਪੜ੍ਹਾਈ ਦਾ ਵੀ ਬਹੁਤ ਇੱਕ ਨੀਵਾਂ ਦਰਜਾ ਹੈਗਾ, ਜਿਹਦੇ ਅੱਜ ਸਰਕਾਰੀ ਸਕੂਲ ਦੇ ਵਿੱਚ ਪੜ੍ਹਿਆ ਹੋਇਆ ਬੱਚਾ ਜਿਹੜਾ ਜ਼ਿਆਦਾ ਉੱਤੇ ਨਹੀਂ ਜਾ ਸਕਦਾ ਕਿਉਂਕਿ ਪੱਧਰ ਇਹੋ ਜਿਹਾ ਕਰ ਦਿੱਤਾ। ਸੋ ਸਾਡੇ ਬੱਚਿਆਂ ਨੂੰ ਲੋੜ ਪਈ ਪ੍ਰਾਈਵੇਟ ਸਕੂਲਾਂ ਦੀ ਜਾਂ ਉਸ ਤੋਂ ਬਾਅਦ ਇੰਗਲਿਸ਼ ਸਕੂਲਾਂ ਦੀ, ਫਿਰ ਕੌਨਵੈਂਟ ਸਕੂਲ ਜਿਹੜੇ ਪੰਜਾਬ ਦੇ ਵਿੱਚ ਆਏ ਜਿਨ੍ਹਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦਾ ਨੇ,
50-50 हज़ार रुपया जड़ी हैगी महीने की ज 6 महीनों की फीस, उस तो बाद जो साल बाद दोबारा एडमिशन कराने हो तो लख लख रुपया थोड़ा फिर खर्च आता है। तो तुम अपने बच्चों उ भेजते हो कि साढ़े बच्चे स्कूलों के पढ़ने तो ये वर्ल्ड लैवल जी हैगी पढ़ाई हासिल कर सकते हैं। बहुत चंगा विचार है, करना भी चाहिए अपने बच्चों को। जिन्नी हाई एजुकेशन आप दें उ घट है, क्योंकि अज बहुत लोड़ है जिहोजा पंजाब दा माहौल है। सो साडे बच्चे चाहिए कि वर्ल्ड लैवल की उन्होंने कोल स्टडी होवे, वो जिस भी मुल्क दे विच जाण उत्थे जाके अपनी गलबात कर सकन, उत्थे जॉब्स कर सकन, किसी भी कंपनी दे विच किसी भी डिपार्टमेंट दे विच जाके डायरैक्टली वो सैट हो सकन। सो एडे लैवल की पढ़ाई चाहिए है, पर किते ना किते असी वो सारा कुछ वेखदे हुए पंजाबी दे मामले दे विच असी अखां दे उत्ते पर्दा पा लिया। साडे माँ प्यो खास करके मैं वेखदा है जिन्हां दे भी कॉन्वेंट स्कूलों दे विच पढ़दे ने तां वो अपने बच्चों ये नहीं कहें कि तुसीं पंजाबी बोलनी है, वो खुद ही उन्हां दे नाल हिंदी दे विच घरां दे विच गल कर लग पए आ। अज साढ़े पंजाब के घर के हाल है कि बच्चों के माँ प्यो जोड़े आ बच्चे जो स्कूलों आते पढ़ के वो हिंदी के दो चार अक्षर बोलते हैं तो साढ़े माँ प्यो जिदा साडा पंजाबियों का एक सुभाव बन चुके असी किसी की लैंग्वेज या खास करके हिंदी असी बहुत वढ़ खाण नूं पैने कि बस जदों कोई हिंदी बोले उसका जवाब उन्हूं हिंदी च ही देना कि असी बहुत पढ़े लिखे हाँ सानूं हिंदी आउंदी है। पर इहदा इह मतलब नहीं हुंदा, हिंदी भी एक भाषा है, एक पंजाबी भी भाषा है। इस तरह आपां बच्चों नाल करते हैं कि घर भी हिंदी के गल करनी शुरू कर दी। एक दिन वो माहौल आ जाएगा कि जदों थोड़े बच्चों बिल्कुल पंजाबी भुल जानी है, जे ये पीढ़ी बोलती रही थोड़ी बहुत तो उस तो अगे वाली भुल जाएगी, क्योंकि असी हिंदी नू ही पहल देन लग पए हैं, होर भाषावां नू पहल देन लग पए हैं। पंजाबी नू अज खतरा हैगा पंजाब दे विच ही, बाहरले मुल्कां दे विच नहीं, पंजाब दे विच ही खतरा है। सो साडे जिहड़े जिन्ने भी बाहरों पढ़े लिखे लोग जांदे ने जां अज साडे इस गल करन दा मकसद, क्योंकि थोड़ा टाइम इस नू भी देना अज प्रोग्राम दे विच बणदा सी, तुसी जाने हुंदे हो पंजाब दे विच वैसे तां मैं बहुत बार देखिया है कि जिहड़े परिवार पंजाब नू बाहरले मुल्कां च जांदे ने उत्थे जाके शुद्ध पंजाबी बोलदे ने ते इक माण महसूस करदे ने कि असी पंजाब दे विच आए हां ते इत्थे पंजाबी दे विच गल करिए, ते अगों जदों उहनां नू रलवी मिलवी हिंदी पंजाबी मिलदी है तां फिर उह देखदे ने कि की माहौल बन गया। सो पंजाब दे विच वी इह साडा प्रोग्राम जा रिहा फेसबुक दे उत्ते तुसी देख रहे हो, ते पंजाबियां नू खास करके इह बेनती मैं अज करनी चाहवांगा कि अज कॉन्वेंट स्कूलों के फाइन लगता है जेकर बच्चा उत्थे जाके जदों स्कूल की हद के अंदर तुसी एंटर कर जांदा थोड़ा बच्चा तो उतों हिंदी शुरू हो जाती है, उसकी जेकर वो पंजाबी बोलता है तो उन्हें फाइन लग जाता। सो इहदा नोटिस जिहड़ा लैना बहुत जरूरी है। पंजाबी एक कोई भी अनपढ़ता का प्रतीक नहीं हैगा, पंजाबी तो तुसी लैके अपनी एजुकेशन जिहड़ी अगे तक लिजा सकते हो, वर्ल्ड लैवल की लिजा सकते हो, क्योंकि इंग्लिश एक इहोजी भाषा है जिहड़ी सारे वर्ल्ड नूं जोड़दी है। जिथे भी तुसी जाना थोड़ा इंग्लिश की पहल है, अंग्रेजी जरूर सीखो इंग्लिश सीखो पर अपनी माँ बोली ना भुलो। अज बहुत सानू लोड़ हैगी है पंजाबी माँ बोली की कि पंजाब दे विच जिउंदी रहे। तो जे असी यूरोप वाल आ जाइए थोड़ियां उदाहरण मैं दे दिना थोनू, अज साडे पंजाब दे विच भी कंप्यूटर सेंटर ने, हर एक डिपार्टमेंट दे विच कंप्यूटर हैगे आ, हर एक डिपार्टमेंट दे विच जिहड़े एप्लीकेशनस जां कोई भी उन्हां दी आपसियां फाइलां हुंदियां उह अंग्रेजी दे विच हुंदियां ते जां फिर हिंदी दे विच हुंदियां, पंजाबी दे विच उह झकदे ने। इत्थों तक कि कंप्यूटर्स जिहड़े साडे वरते जाण वाले ने, चाहे वह आईमैक होण जां दूसरे कंप्यूटर होण, विंडो कंप्यूटर होण, उहदे विच भी इंग्लिश भाषा, चाहे वह भारती गल कर लिए चाहे होर भी। पर यूरोप दे विच इक गल आम देखी गई है, जे तुसी इटली चल जाओ तो थानू उस कंप्यूटर की इटालीयन दे विच सारी जिहड़ी लैंग्वेज होएगी, उहदे विच मैथड जिहड़ा हैगा जां किसी भी तरह की वह सारा कंप्यूटर उन्हां दा इटालीयन दे विच होएगा। जेकर तुसी जर्मन दे विच चल जाते हो तो उहदे विच होएगा जर्मन भाषा दे विच, चाइना दे विच तुसी चले जाओगे तो चाइना दे विच होएगा। इत्थों तक कि चाइना वाले जिहड़े लोग बाहरलिया मुल्कां दे विच आए हुए उन्होंने अपने इत्थे कंप्यूटर कैफे खोले हुए ने, सो उन्होंने उत्थे भी वो इंस्टॉल कीतियां हुई अपनी चाइनीज़ भाषा। इत्थों तक प्यार हुंदा अपनी माँ बोली दे नाल, ये नहीं कि आपां किसी दे कहिंदे मूँह लाल वेख के ते अपने मूँह दे उत्ते वैसे ही चपेड़ा मार के जिहड़ा लाल करना होए। सो अपनी माँ बोली दे उत्ते माण होना चाहिए ते वध तों वध इहनूं जिहड़ी तवज्जो दिया करो, खास तौर दे उत्ते जदों दो पंजाबी आपस च मिलदे आ तां पंजाबी च ही गल करिया करो, उत्थे इंग्लिश दी भी लोड़ नहीं पैंदी, क्योंकि बहुत जरूरी अज बण गया। जे कोई दूजी भाषा दा कोई होर तुहानूं कोई कम्यूनिटी का बंदा मिलता फिर तो चलो मनिया कि वो हिंदी के गल करनी है ज इंग्लिश दे, पर जो पंजाबी आपस के मिलते हैं तो उन्होंने पंजाबी दे ही गल करनी चाहिए है। सो ये ही आप जे प्रोग्राम की शुरुआत करते हैं, फिर एक तो एक बार फिर मैं वधाई दे दिना जी सारे पंजाबी मां बोली दिवस की।